ਤਸਵੀਰਾਂ ਵੇਖ ਸਕਦੇ ਹੋ ਜਿੱਥੇ ਸੜਕ ਤੇ ਇੱਕ ਤੇਲ ਦਾ ਟੈਂਕਰ ਪਲਟਿਆ ਹੋਇਆ ਤੇ ਉਸ ਦੇ ਵਿੱਚੋਂ ਤੇਲ ਨਿਕਲ ਰਿਹਾ। ਜਿਸ ਤੋਂ ਬਾਅਦ ਮੌਕੇ ਤੇ ਕਈ ਲੋਕ ਇਕੱਠੇ ਹੋ ਜਾਂਦੇ ਨੇ, ਆਪਣੇ ਘਰ ਦੇ ਬਰਤਨ, ਪੀਪੇ, ਬਾਲਟੀਆਂ ਅਤੇ ਵੱਡੇ ਤੋਂ ਵੱਡੇ ਬਰਤਨ ਲੈ ਕੇ ਪਹੁੰਚਦੇ ਨੇ, ਜਿਸ ਦੇ ਵਿੱਚ ਇਹ ਤੇਲ ਭਰਦੇ ਹੋਏ ਸਾਫ਼ ਨਜ਼ਰ ਆ ਰਹੇ ਨੇ। ਤਾਂ ਲੋਕਾਂ ਨੇ ਜਾਨ ਨੂੰ ਜੋਖਿਮ ਦੇ ਵਿੱਚ ਪਾ ਕੇ ਇਹ ਤੇਲ ਦੀ ਲੁੱਟ ਮਚਾਈ ਹੈ। ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹਨਾਂ ਮੂਹਰੇ ਪ੍ਰਸ਼ਾਸਨ ਵੀ ਹੈ ਜਿਹੜਾ ਉਹ ਨਾਕਾਮ ਨਜ਼ਰ ਆ ਰਿਹਾ। ਇਹਨਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਪ੍ਰਸ਼ਾਸਨ ਦੇ ਵੱਲੋਂ ਕੀਤੀਆਂ ਗਈਆਂ, ਪਰ ਲੋਕ ਆਪਣੀ ਜਾਨ ਨੂੰ ਜੋਖਿਮ ਦੇ ਵਿੱਚ ਪਾ ਕੇ ਤੇਲ ਦੀ ਲੁੱਟ ਕਰਦੇ ਨਜ਼ਰ ਆ ਰਹੇ ਨੇ। ਤਾਂ ਦੱਸ ਦਈਏ ਕਿ ਹਾਦਸਾ ਮੱਧ ਪ੍ਰਦੇਸ਼ ਦੇ ਵਿੱਚ ਹੋਇਆ, ਜਿੱਥੇ ਇੰਦੌਰ ਅਹਿਮਦਾਬਾਦ 4 ਲੇਨ ਦੇ ਉੱਤੇ ਕੱਚੇ ਤੇਲ ਨਾਲ ਭਰਿਆ ਇੱਕ ਟੈਂਕਰ ਸੰਤੁਲਨ ਖੋਣ ਤੋਂ ਬਾਅਦ ਪਲਟ ਜਾਂਦਾ ਹੈ, ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਤੇਲ ਲੁੱਟਣ ਦੀ ਹੋੜ ਮੱਚ ਜਾਂਦੀ ਹੈ ਤੇ ਲੋਕ ਆਪਣੇ ਘਰ ਦੇ ਬਰਤਨ ਲੈ ਕੇ ਆਉਂਦੇ ਆ, ਜਿਸ ਦੇ ਵਿੱਚ ਇਹ ਤੇਲ ਭਰਦੇ ਸਾਫ਼ ਨਜ਼ਰ ਆ ਰਹੇ ਨੇ। ਪੂਰੇ ਮਾਮਲੇ ਦੀ ਸੂਚਨਾ ਮਿਲਣ ਤੇ ਪੁਲਿਸ ਵੀ ਮੌਕੇ ਤੇ ਪਹੁੰਚਦੀ ਹੈ ਤੇ ਲੋਕਾਂ ਨੂੰ ਹਟਾਉਣ ਦੀ ਕੋਸ਼ਿਸ਼ ਵੀ ਕਰਦੀ ਹੈ, ਪਰ ਇਹ ਲੋਕ ਕਿੱਥੇ ਹਟ ਰਹੇ ਸੀ? ਆਪਣੀ ਜਾਨ ਨੂੰ ਜੋਖਿਮ ਦੇ ਵਿੱਚ ਪਾ ਕੇ ਇਹ ਲਗਾਤਾਰ ਆਪਣੇ ਹੱਥਾਂ ਦੇ ਨਾਲ ਬਰਤਨਾਂ ਦੇ ਵਿੱਚ ਦੇਖੋ ਕਿਸ ਤਰੀਕੇ ਦੇ ਨਾਲ ਇਹ ਤੇਲ ਭਰਦੇ ਹੋਏ ਸਾਫ਼ ਨਜ਼ਰ ਆ ਰਹੇ ਨੇ। ਤਾਂ ਲੋਕਾਂ ਨੂੰ ਜਾਨ ਤੋਂ ਪਿਆਰਾ ਤੇਲ ਹੋ ਗਿਆ, ਜਿੱਥੇ ਲੋਕਾਂ ਨੇ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾਇਆ। ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੋਕਾਂ ਵੱਲੋਂ ਇਹ ਲੁੱਟ ਮਚਾਈ ਗਈ ਹੈ। ਤਾਂ ਦੱਸ ਦਈਏ ਕਿ ਹਾਦਸੇ ਤੋਂ ਬਾਅਦ ਟੈਂਕਰ ਦਾ ਜਿਹੜਾ ਚਾਲਕ ਸੀਗਾ ਉਹ ਗੰਭੀਰ ਜ਼ਖਮੀ ਹੋ ਜਾਂਦਾ ਹੈ, ਜਿਸ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾ ਦਿੱਤਾ ਜਾਂਦਾ ਹੈ। ਮਿਲੀ ਜਾਣਕਾਰੀ ਅਨੁਸਾਰ ਟੈਂਕਰ ਦੇ ਵਿੱਚ ਖਾਣਾ ਪਕਾਉਣ ਵਾਲਾ ਕੱਚਾ ਤੇਲ ਭਰਿਆ ਹੋਇਆ ਸੀ, ਜੋ ਕਿ ਗੁਜਰਾਤ ਤੋਂ ਇੰਦੌਰ ਦੇ ਵੱਲ ਜਾ ਰਿਹਾ ਸੀ, ਅਤੇ ਇਸੇ ਦਰਮਿਆਨ ਇਹ ਵੱਡਾ ਹਾਦਸਾ ਹੋ ਜਾਂਦਾ ਹੈ ਤੇ ਮੌਕੇ ਤੇ ਲੋਕਾਂ ਦੇ ਵੱਲੋਂ ਤੇਲ ਦੀ ਲੁੱਟ ਕੀਤੀ ਜਾਂਦੀ ਹੈ। ਇਹ ਤਸਵੀਰਾਂ ਵੇਖ ਸਕਦੇ ਹੋ ਜਿੱਥੇ ਸੜਕ ਤੇ ਇੱਕ ਤੇਲ ਦਾ ਟੈਂਕਰ ਪਲਟਿਆ ਹੋਇਆ ਤੇ ਉਸ ਦੇ ਵਿੱਚੋਂ ਤੇਲ ਨਿਕਲ ਰਿਹਾ। ਜਿਸ ਤੋਂ ਬਾਅਦ ਮੌਕੇ ਤੇ ਕਈ ਲੋਕ ਇਕੱਠੇ ਹੋ ਜਾਂਦੇ ਨੇ, ਆਪਣੇ ਘਰ ਦੇ ਬਰਤਨ, ਪੀਪੇ, ਬਾਲਟੀਆਂ ਅਤੇ ਵੱਡੇ ਤੋਂ ਵੱਡੇ ਬਰਤਨ ਲੈ ਕੇ ਪਹੁੰਚਦੇ ਨੇ, ਜਿਸ ਦੇ ਵਿੱਚ ਇਹ ਤੇਲ ਭਰਦੇ ਹੋਏ ਸਾਫ਼ ਨਜ਼ਰ ਆ ਰਹੇ ਨੇ। ਤਾਂ ਲੋਕਾਂ ਨੇ ਜਾਨ ਨੂੰ ਜੋਖਿਮ ਦੇ ਵਿੱਚ ਪਾ ਕੇ ਇਹ ਤੇਲ ਦੀ ਲੁੱਟ ਮਚਾਈ ਹੈ। ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹਨਾਂ ਮੂਹਰੇ ਪ੍ਰਸ਼ਾਸਨ ਵੀ ਹੈ ਜਿਹੜਾ ਉਹ ਨਾਕਾਮ ਨਜ਼ਰ ਆ ਰਿਹਾ। ਇਹਨਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਪ੍ਰਸ਼ਾਸਨ ਦੇ ਵੱਲੋਂ ਕੀਤੀਆਂ ਗਈਆਂ, ਪਰ ਲੋਕ ਆਪਣੀ ਜਾਨ ਨੂੰ ਜੋਖਿਮ ਦੇ ਵਿੱਚ ਪਾ ਕੇ ਤੇਲ ਦੀ ਲੁੱਟ ਕਰਦੇ ਨਜ਼ਰ ਆ ਰਹੇ ਨੇ। ਤਾਂ ਦੱਸ ਦਈਏ ਕਿ ਹਾਦਸਾ ਮੱਧ ਪ੍ਰਦੇਸ਼ ਦੇ ਵਿੱਚ ਹੋਇਆ, ਜਿੱਥੇ ਇੰਦੌਰ ਅਹਿਮਦਾਬਾਦ 4 ਲੇਨ ਦੇ ਉੱਤੇ ਕੱਚੇ ਤੇਲ ਨਾਲ ਭਰਿਆ ਇੱਕ ਟੈਂਕਰ ਸੰਤੁਲਨ ਖੋਣ ਤੋਂ ਬਾਅਦ ਪਲਟ ਜਾਂਦਾ ਹੈ, ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਤੇਲ ਲੁੱਟਣ ਦੀ ਹੋੜ ਮੱਚ ਜਾਂਦੀ ਹੈ ਤੇ ਲੋਕ ਆਪਣੇ ਘਰ ਦੇ ਬਰਤਨ ਲੈ ਕੇ ਆਉਂਦੇ ਆ, ਜਿਸ ਦੇ ਵਿੱਚ ਇਹ ਤੇਲ ਭਰਦੇ ਸਾਫ਼ ਨਜ਼ਰ ਆ ਰਹੇ ਨੇ। ਪੂਰੇ ਮਾਮਲੇ ਦੀ ਸੂਚਨਾ ਮਿਲਣ ਤੇ ਪੁਲਿਸ ਵੀ ਮੌਕੇ ਤੇ ਪਹੁੰਚਦੀ ਹੈ ਤੇ ਲੋਕਾਂ ਨੂੰ ਹਟਾਉਣ ਦੀ ਕੋਸ਼ਿਸ਼ ਵੀ ਕਰਦੀ ਹੈ, ਪਰ ਇਹ ਲੋਕ ਕਿੱਥੇ ਹਟ ਰਹੇ ਸੀ? ਆਪਣੀ ਜਾਨ ਨੂੰ ਜੋਖਿਮ ਦੇ ਵਿੱਚ ਪਾ ਕੇ ਇਹ ਲਗਾਤਾਰ ਆਪਣੇ ਹੱਥਾਂ ਦੇ ਨਾਲ ਬਰਤਨਾਂ ਦੇ ਵਿੱਚ ਦੇਖੋ ਕਿਸ ਤਰੀਕੇ ਦੇ ਨਾਲ ਇਹ ਤੇਲ ਭਰਦੇ ਹੋਏ ਸਾਫ਼ ਨਜ਼ਰ ਆ ਰਹੇ ਨੇ। ਤਾਂ ਲੋਕਾਂ ਨੂੰ ਜਾਨ ਤੋਂ ਪਿਆਰਾ ਤੇਲ ਹੋ ਗਿਆ, ਜਿੱਥੇ ਲੋਕਾਂ ਨੇ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾਇਆ। ਤਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੋਕਾਂ ਵੱਲੋਂ ਇਹ ਲੁੱਟ ਮਚਾਈ ਗਈ ਹੈ। ਤਾਂ ਦੱਸ ਦਈਏ ਕਿ ਹਾਦਸੇ ਤੋਂ ਬਾਅਦ ਟੈਂਕਰ ਦਾ ਜਿਹੜਾ ਚਾਲਕ ਸੀਗਾ ਉਹ ਗੰਭੀਰ ਜ਼ਖਮੀ ਹੋ ਜਾਂਦਾ ਹੈ, ਜਿਸ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾ ਦਿੱਤਾ ਜਾਂਦਾ ਹੈ। ਮਿਲੀ ਜਾਣਕਾਰੀ ਅਨੁਸਾਰ ਟੈਂਕਰ ਦੇ ਵਿੱਚ ਖਾਣਾ ਪਕਾਉਣ ਵਾਲਾ ਕੱਚਾ ਤੇਲ ਭਰਿਆ ਹੋਇਆ ਸੀ, ਜੋ ਕਿ ਗੁਜਰਾਤ ਤੋਂ ਇੰਦੌਰ ਦੇ ਵੱਲ ਜਾ ਰਿਹਾ ਸੀ, ਅਤੇ ਇਸੇ ਦਰਮਿਆਨ ਇਹ ਵੱਡਾ ਹਾਦਸਾ ਹੋ ਜਾਂਦਾ ਹੈ ਤੇ ਮੌਕੇ ਤੇ ਲੋਕਾਂ ਦੇ ਵੱਲੋਂ ਤੇਲ ਦੀ ਲੁੱਟ ਕੀਤੀ ਜਾਂਦੀ ਹੈ।